ਅਸੀਂ ਦੇਖਿਆ ਹੋਣਾ ਚਾਰ ਕੁ ਦਿਨ ਪਹਿਲਾਂ ਕਿਸੇ ਸਿੰਘ ਨੇ ਹਰਜੋਤ ਸਿੰਘ ਜਿਹੜਾ ਬੈਂਸ ਮੰਤਰੀ ਆ ਉਹਨੂੰ ਗੁਰੂ ਕਰਕੇ ਹਰਲਿਆ ਸੀ ਕਿ ਤੁਸੀਂ NSA ਲਾਈ ਹੈ ਉਹ ਉੱਥੇ ਮੁੱਕਰ ਜਾਂਦਾ ਹੈ ਕਿ NSA ਅਸੀਂ ਨੀ ਲਾਈ NSA ਸੈਕਟਰ ਨੇ ਲਾਈ ਹੈ। ਸਾਨੂੰ ਇਹ ਗੱਲ ਇੱਕ ਤਾਂ ਸਪਸ਼ਟ ਹੋਣੀ ਚਾਹੀਦੀ ਹੈ ਕਿ ਜਿਹੜੀ NSA ਲੱਗੀ ਹੈ ਉਹ NSA ਪੰਜਾਬ ਸਰਕਾਰ ਦੇ ਕਹਿਣ ਦੇ ਉੱਤੇ ਇਹਨਾਂ ਨੇ ਰਿਕਮੈਂਡ ਕਰਕੇ ਭੇਜਿਆ, ਸੈਂਟਰ ਤੋਂ ਸਹਿਮਤੀ ਲਈ ਹੈ ਤਾਂ ਜਾ ਕੇ NSA ਲੱਗੀ ਹੈ। ਤੇ ਜਿਹੜੇ ਡਿਬਰੂਗੜ੍ਹ ਬੈਠੇ ਸਾਡੇ ਬੰਦੀ ਸਿੰਘ ਹੈ ਉਹਨਾਂ ਦੀ ਰੋਜ਼ ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਦਾ ਖਾਣ ਪੀਣ ਪਹਿਨਣਾ ਉਹ DC ਅੰਮ੍ਰਿਤਸਰ ਦੀ ਦੇਖ ਰੇਖ ਚ ਹੁੰਦਾ। ਇੱਥੇ ਸਪਸ਼ਟ ਹੈ ਇਹ ਮੁੱਕਰਦੇ ਹੈ ਕਿ ਸੈਂਟਰ ਨੇ ਲਾਈ ਹੈ, ਸੈਂਟਰ ਦੀ ਸਹਿਮਤੀ ਲਈ ਹੈ, ਦੋਨਾਂ ਦੀ ਮਿਲੀ ਭੁਗਤ ਦੇ ਨਾਲ NSA ਲੱਗੀ ਹੈ। ਜੇ ਪੰਜਾਬ ਦਾ ਮੁੱਖ ਮੰਤਰੀ ਚਾਹੇ ਅੱਜ ਹੀ ਉਹਨਾਂ ਨੂੰ ਪੰਜਾਬ ਲਿਆ ਸਕਦਾ, ਅੱਜ ਹੀ NSA ਖਤਮ ਕਰ ਸਕਦਾ, ਅੱਜ ਹੀ ਰਿਹਾ ਕਰ ਸਕਦਾ। ਇੰਨੀ ਪਾਵਰ ਇੰਨੀ ਤਾਕਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਹੈਗੀ ਹੈ। ਪਰ ਹਰ ਵਾਰੀ ਗੱਲ ਹੈ ਜਿਹੜੀ ਟਾਲ ਜਾਂਦੇ ਹੈ ਕਿ ਸੈਂਟਰ ਕਰ ਰਿਹਾ, ਸੈਂਟਰ ਉਹ ਕਰ ਰਿਹਾ, ਸੈਂਟਰ ਆਹ ਕਰ ਰਿਹਾ। ਉਹ ਸਾਨੂੰ ਵੀ ਪਤਾ ਸੈਂਟਰ ਕੀ ਕਰ ਰਿਹਾ, ਸੈਂਟਰ ਅੱਜ ਦਾ ਨਹੀਂ ਕਰ ਰਿਹਾ, ਸੈਂਟਰ 47 ਤੋਂ ਲੈ ਕੇ ਕਰ ਰਿਹਾ। ਜੋ ਧੱਕੇ ਜੋ ਜ਼ੁਲਮ ਜੋ ਜ਼ਬਰ ਸੈਂਟਰ ਨੇ ਲਗਾਤਾਰ ਕੀਤੇ ਆ, ਸਾਡੀ ਜਵਾਨੀ ਨੂੰ ਕੋਹ ਕੋਹ ਕੇ ਮਾਰਿਆ, ਉਹ ਸਾਨੂੰ ਪਤਾ ਹੈ। ਪਰ ਇਸ ਮਾਮਲੇ ਦੇ ਵਿੱਚ ਭਗਵੰਤ ਸੈਂਟਰ ਨਾਲ ਰਲਿਆ ਹੋਇਆ। ਤੁਸੀਂ ਦੇਖੋ ਸੈਂਟਰ ਨੇ ਸਾਡਾ ਨੌਜਵਾਨ ਮੁੰਡਾ ਗੋਲੀ ਮਾਰ ਕੇ ਮਾਰਤਾ ਕਨੌਰੀ ਬਾਰਡਰ ਤੇ, ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲੀ ਮਾਰੀ ਹੈ। ਟਰੈਕਟਰ ਭਰਤੇ ਕਹਾੜੀਆਂ ਨਾਲ ਵੜਤੇ, ਟਰਾਲੀਆਂ ਚ ਬੈਠੇ ਬਜ਼ੁਰਗ ਕੁੱਟੇ, ਸਿਰ ਪਾੜ ਤੇ ਲੱਤਾਂ ਤੋੜਤੀਆਂ, ਅੱਖਾਂ ਕੱਢਤੀਆਂ, ਦੋ ਨੌਜਵਾਨਾਂ ਦੀਆਂ ਅੱਖਾਂ ਵੀ ਗਈਆਂ ਉੱਥੇ। ਇੱਕ ਹਰਪਾਲਪੁਰੇ ਤੋਂ ਸੀ, ਇੱਕ ਮੁੰਡਾ ਤਾਊ ਹੈ ਸਹਿਬਦੀਪੁਰ ਪਿੰਡ ਤੋਂ, ਉਹਦੀ ਵੀ ਅੱਖ ਚਲੀ ਗਈ ਹੈ। ਤੇ ਇੱਥੇ ਮੈਂ ਅਪੀਲ ਕਰੂੰਗਾ ਵੀ ਜੇ ਅੱਜ ਵੀ ਨਹੀਂ ਉੱਠੇ, ਜੇ ਸਾਡੇ ਨੌਜਵਾਨ ਜਿਹੜੇ ਬੈਠੇ ਆ ਜੇਲ੍ਹਾਂ ਚ ਬੰਦ ਹੈ, ਜੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਕੋਈ 19 ਹੋ ਗਈ, ਕੋਈ ਨੁਕਸਾਨ ਹੋ ਗਿਆ ਜਾਨੀ ਮਾਲੀ, ਫਿਰ ਤੁਸੀਂ ਇੱਥੇ ਮੇਰੀ ਗੱਲ ਯਾਦ ਰੱਖਿਓ, ਭੋਗਾਂ ਦੇ ਇਕੱਠ ਕਰਨੇ, ਵਰਸ਼ੀਆਂ ਦੇ ਇਕੱਠ ਕਰਿਆ ਕਰਾਂਗੇ। ਫਿਰ ਵੀ ਹਾਂ ਬਾਈ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਦੀਪ ਸਿੱਧੂ ਨੇ ਫਤਿਹਗੜ੍ਹ ਸਾਹਿਬ ਬਾਰਸ ਪੰਜਾਬ ਦੀ ਜਥੇਬੰਦੀ ਬਣਾਈ ਸੀ, ਕਿੰਨਾ ਬੰਦਾ ਪਹੁੰਚਿਆ ਪਤਾ? 250। ਜਿੱਦੇ ਦੀਪ ਸਿੱਧੂ ਦੀ ਮੌਤ ਹੁੰਦੀ ਹੈ ਸੰਸਕਾਰ ਤੇ ਕਿੰਨਾ ਬੰਦਾ ਪਹੁੰਚਿਆ? 250,000। ਇਹਦਾ ਮਤਲਬ ਬੰਦੇ ਨੇ ਜਾਣ ਤੋਂ ਬਾਅਦ ਹੀ ਇਕੱਠ ਕਰਨਾ। ਹੁਣ ਤੁਸੀਂ ਸੋਚ ਲਿਓ, ਘਰਾਂ ਚ ਬਹਿਣਾ ਮਗਰੋਂ ਇਕੱਠ ਕਰਨਾ ਕਿ ਪਹਿਲਾਂ ਇਕੱਠੇ ਹੋਣਾ? ਹੁਣ ਇਹ ਤਾਂ ਜਿੰਨੇ ਬੰਦੇ ਸਾਡੇ ਬੈਠੇ ਆ, ਸਿੰਘ ਬੈਠੇ ਆ, ਉਹਦਾ ਗੱਲ ਤੇ ਖੜੇ ਆ ਵੀ ਜਾਂ ਸਾਡੇ ਤਾਂ ਲਾਸ਼ਾਂ ਪੰਜਾਬ ਜਾਣਗੀਆਂ ਤੇ ਜਾਂ ਅਸੀਂ ਪੰਜਾਬ ਜਾਵਾਂਗੇ। ਹੁਣ ਆਪਾਂ ਪੰਜਾਬ ਉਹਦੇ ਲਾਸ਼ਾਂ ਲਿਆਉਣੀਆਂ ਨੇ ਕਿ ਜਿਉਂਦਿਆਂ ਨੂੰ ਲੈ ਕੇ ਆਉਣਾ, ਇਹ ਤੈਅ ਤੁਸੀਂ ਕਰਨਾ। ਦੁੱਖ ਦੀ ਗੱਲ ਹੈ, ਮੈਨੂੰ ਬਾਈ ਡਾਕਟਰ ਸਾਹਿਬ ਨੇ ਦੱਸਿਆ, ਉਦੋਂ ਕਹਿੰਦੇ ਸਾਹਿਬ ਨੇ ਕਹਿੰਦੇ ਬਾਈ ਅੰਮ੍ਰਿਤਸਰ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਲੋਕਲ ਬੰਦੇ ਬਹੁਤ ਘੱਟ ਆਏ, ਦੂਰੋਂ ਦੂਰੋਂ ਆ ਗਏ ਹਲੇ ਚੱਲ ਕੇ। ਮਾਝਾ ਹਮੇਸ਼ਾ ਸੰਘਰਸ਼ਾਂ ਦਾ, ਜੰਗਾਂ ਜਿੱਦਾਂ ਦਾ ਗੜ੍ਹ ਰਿਹਾ। ਮਾਝਾ ਤੁਹਾਨੂੰ ਅਪੀਲ ਕਰਦਾ, ਇੱਥੇ ਜ਼ੋਰ ਵੱਧ ਤੋਂ ਵੱਧ ਲਾਓ ਬਾਈ। ਤੇ ਅਪੀਲ ਆ ਸਟੇਟ ਸੈਕਟਰੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਬਾਈ ਮੁੱਦਿਆਂ ਤੋਂ ਆਸੇ ਪਾਸੇ ਨਾ ਜਾਣ ਦਿਓ ਗੱਲ। ਕਈ ਵਾਰੀ ਆਪਾਂ ਸਾਰੇ ਤਰ੍ਹਾਂ ਦੇ ਬੰਦੇ ਉੱਥੇ ਆਏ ਹੁੰਦੇ ਆ ਮੋਰਚੇ ਚ,
ਉਹ ਕਿਸੇ ਦੇ ਗੱਲ ਕੋਈ ਬੰਦੇ ਦੇ ਦਿਲ ਨੂੰ ਲੱਗਦੀ ਆ, ਠੇਸ ਪਹੁੰਚਦੀ ਆ, ਉਹ ਠੀਕ ਨਹੀਂ ਹੁੰਦਾ। ਤੁਸੀਂ ਸਾਰੇ ਆਪਾਂ ਪਿਆਰ ਨਾਲ ਮਿਲ ਕੇ ਬੈਠ ਕੇ ਵਿਚਾਰ ਕੇ ਸਾਂਝੀਆਂ ਗੱਲਾਂ ਹੋਣ। ਆਪਣਾ ਸਿਰਫ ਤੇ ਸਿਰਫ ਜਿਹੜਾ ਮੁੱਦਾ ਇਹੀ ਕੇਂਦਰਿਤ ਹੋਣਾ ਚਾਹੀਦਾ, ਬੰਦੀ ਸਿੰਘਾਂ ਦੀ ਰਿਹਾਈ, ਜਿਹੜੇ ਬੈਠੇ 30 ਸਾਲ ਤੋਂ ਜੇਲ੍ਹਾਂ ਚ ਬੰਦ ਹੈ, ਤੇ ਦੂਜਾ ਜਿਹੜੇ ਸਾਡੇ ਬੰਦੀ ਸਿੰਘ ਡਿਬਰੂਗੜ੍ਹ ਬੈਠੇ ਆ, ਇਹ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਲੈ ਕੇ ਆਉਣੇ ਆ। ਤੁਸੀਂ ਕੋਈ ਜਥੇਬੰਦਕ ਤੌਰ ਦੇ ਉੱਤੇ ਕੋਈ ਕਮੇਟੀ ਬਣਾਈ ਜਾਵੇ, ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਫਾਰਮ ਦਿੱਤਾ ਜਾਵੇ, ਵੱਡੇ ਇਕੱਠ ਦੀ ਕਾਲ ਦਿਓ। ਪੰਜਾਬ ਪੱਧਰ ਦੇ ਵਿੱਚ ਅਸੀਂ ਵੀ ਜਾਵਾਂਗੇ, ਅਸੀਂ ਪਿੰਡ ਪਿੰਡ ਜਾਵਾਂਗੇ। ਲੈ ਮੈਂ ਇੱਥੇ ਰਹਿ ਪਹਿਲਾਂ ਅਸੀਂ ਮਾਝੇ ਦੇ ਜਿੰਨੇ ਪਿੰਡ ਅਸੀਂ ਜਾਣ ਨੂੰ ਤਿਆਰ ਆਉਣਾ ਚ ਵੀ ਬਾਈ ਆਓ ਇਕੱਠੇ ਹੋ ਕੇ ਆਪਾਂ ਅੰਮ੍ਰਿਤਸਰ ਇਕੱਠੇ ਹੋਣਾ ਜਾਂ ਕਿਤੇ ਵੀ ਆਪਾਂ ਇਕੱਠੇ ਹੋਣਾ। ਸੋਡੇ ਇਕੱਠ ਨੇ, ਸੋਡੀ ਤਾਕਤ ਨੇ ਸਰਕਾਰ ਝਕਾਉਣੀ ਹੈ। ਕਈ ਗੱਲਾਂ ਕਰਦੇ ਆ ਕਿ ਬਾਈ ਭਾਨੇ ਵਾਲੀ ਵਾਰੀ ਇੰਨਾ ਇਕੱਠ ਕਰ ਲਿਆ ਹੁਣ ਕਿਉਂ ਨੀ ਭਾਨੇ ਵਾਰੀ। ਬਾਈ ਮੈਂ 15 ਦਿਨ ਪਿੰਡਾਂ ਚ ਫਿਰਦਾ ਰਿਹਾ, ਲੋਕਾਂ ਨੂੰ ਅਪੀਲਾਂ ਕਰਦਾ ਰਿਹਾ, ਤਾਂ ਲੋਕ ਨੌਜਵਾਨ ਖਾਸ ਤੌਰ ਤੇ ਉੱਠ ਕੇ ਉਹਦੇ ਵੱਡੀ ਗਿਣਤੀ ਚ ਆਇਆ, ਰੋਕਾਂ ਤੋੜ ਕੇ ਆਏ ਆ, ਪੁਲਿਸ ਦਾ ਸਰਕਾਰ ਦਾ ਡਰ ਕੱਢ ਕੇ ਆਇਆ ਦਿਲਾਂ ਚੋਂ। ਤੇ ਤਾਂ ਭਾਨਾ ਤੁਹਾਡੇ ਵਿੱਚ ਨਹੀਂ, ਜੋ ਭਾਨੇ ਨਾਲ ਕਰ ਰਹੇ ਸੀ ਭੁੱਲ ਜਾਂਦੇ ਸੀ, ਭਾਨਾ 2-3 ਸਾਲ ਬਾਹਰ ਆ ਜਾਂਦਾ। ਹੁਣ ਜੇ ਆਪਾਂ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਲਿਆਉਣਾ, ਐਨਐਸਏ ਤੜਵਾਉਣੀ ਹੈ, ਤਾਂ ਬਾਈ ਇਹੀ ਕੰਮ ਕਰਨਾ ਪੈਣਾ। ਜਿੰਨੇ ਸਾਡੇ ਇੱਥੇ ਕੋਈ ਪ੍ਰਚਾਰਕ ਭਰਾ ਹੈਗੇ ਆ, ਉਹਨਾਂ ਨੂੰ ਅਪੀਲ ਕਰਦਾ ਬਾਈ ਪਿੰਡੋ ਪਿੰਡੀ ਜਾਓ, ਲਾਮ ਬੰਦ ਕਰੋ, ਲੋਕਾਂ ਨੂੰ ਜਗਾਓ, ਲੋਕਾਂ ਨੂੰ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਵਹੀਰਾ ਇਕੱਠ ਕੇ ਆਪਣੇ ਸਾਧਨਾਂ ਦੇ ਉੱਤੇ ਇੱਥੇ ਪਹੁੰਚੋ। ਜਿਵੇਂ ਜਿਵੇਂ ਇੱਥੇ ਇਕੱਠ ਵਧੂ, ਮੇਰੀ ਗੱਲ ਯਾਦ ਰੱਖਿਓ, ਤਿਵੇਂ ਤਿਵੇਂ ਸਰਕਾਰ ਨੇ ਤੁਹਾਨੂੰ ਸੁਨੇਹੇ ਭੇਜਣੇ ਆ। ਅਗਲਾ ਤੁਹਾਡਾ ਵਜਨ ਦੇਖਦਾ। ਅੱਜ ਮੀਟਿੰਗ ਕੀਤੀ, ਜਿੰਨੇ ਬੰਦੀ ਸਿੰਘ ਹੈ ਉਹਨਾਂ ਦੇ ਪਰਿਵਾਰ ਦੇ ਮੈਂਬਰ ਉੱਥੇ ਗਏ ਹੋਏ ਆ। ਖੁਦ ਪੰਜਾਬ ਦਾ ਮੁੱਖ ਮੰਤਰੀ ਨੀ ਮੀਟਿੰਗ ਕਰਨ ਆਇਆ, ਗ੍ਰਹਿ ਸਕੱਤਰ ਨਾਲ ਮੀਟਿੰਗ ਕਰਾਤੀ ਜੀ, ਉਹਨੇ ਮਿੱਠੀ ਗੋਲੀ ਦੇ ਕੇ ਮੋੜਤਾ ਵੀ ਕੋਈ ਗੱਲ ਨੀ 13 ਅਪ੍ਰੈਲ ਨੂੰ ਛੱਡ ਦਿਆਂਗੇ, 13 ਅਪ੍ਰੈਲ ਨੂੰ ਪੰਜਾਬ ਭੇਜ ਦਿਆਂਗੇ। 13 ਅਪ੍ਰੈਲ ਤਾਂ ਬਾਈ 2 ਮਹੀਨੇ ਪਏ ਆ। ਸਾਡੇ ਬੰਦਿਆਂ ਦੀ ਹਾਲਤ ਅੱਜ ਬਹੁਤ ਨਾਜ਼ੁਕ ਹੈ, 13 ਅਪ੍ਰੈਲ ਕਦੋਂ ਆਈ? ਤੇ ਮੀਡੀਆ ਖਬਰ ਪਤਾ ਕੀ ਚਲਾ ਰਿਹਾ, ਸਹਿਮਤੀ ਬਣ ਗਈ ਜੀ ਬੰਦੀ ਸਿੰਘ ਪੰਜਾਬ ਭੇਜੇ ਜਾਣਗੇ। ਮੀਡੀਆ ਵੀ ਇੱਕ ਵਰਤਾਂਤ ਕਰਦਾ ਵੀ ਲੋਕਾਂ ਦਾ ਇਕੱਠ ਨਾ ਹੋਵੇ, ਇਸ ਕਰਕੇ ਸਾਨੂੰ ਸਾਰੇ ਪਾਸੋਂ ਸੁਚੇਤ ਰਹਿਣ ਦੀ ਲੋੜ ਹੈ, ਚਕੰਨੇ ਰਹਿਣ ਦੀ ਲੋੜ ਹੈ। ਮੀਡੀਆ ਵੀ ਇਹਨਾਂ ਦਾ, ਇਹਨਾਂ ਦੇ ਬੰਦੇ ਵੀ ਛੱਡੇ ਹੋਏ ਨੇ, ਇਹਨਾਂ ਦੇ ਆਈਪੀ ਸੈੱਲ ਵੀ ਬਹੁਤ ਮਜ਼ਬੂਤ ਹੈ, ਥੱਲੇ ਉਹ ਟਿੱਪਣੀਆਂ ਇਹੋ ਜਿਹੀਆਂ ਕਰਦੇ ਆ, ਸਾਡੇ ਲੋਕਾਂ ਨੂੰ ਲੱਗਣ ਲੱਗ ਜਾਂਦਾ ਵੀ ਹਾਂ ਯਾਰ ਗੱਲ ਤਾਂ ਸਹੀ ਹੈ। ਹੁਣ ਇਹਨਾਂ ਦੀਆਂ ਹਜ਼ਾਰਾਂ ਫੇਕ ਆਈਡੀਆਂ ਨੇ ਜਿਹਦੇ ਨਾਰਕ ਮਾਹੌਲ ਸਿਰਜ ਦਿੰਦੇ ਆ। ਮੰਨ ਲਓ ਕਿਸੇ ਵੀਡੀਓ ਦੇ ਥੱਲੇ 200-300 ਟਿੱਪਣੀ ਇੱਕੋ ਤਰ੍ਹਾਂ ਦੀ ਆ ਜਾਂਦੀ ਹੈ, ਥੱਲੇ ਸਹੀ ਬੰਦਾ ਵੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਵੀ ਅੱਛਾ ਗੱਲ ਹੈ। ਇਹ ਵਰਤਾਂਤ ਨੂੰ ਤੋੜਨ ਦੀ ਲੋੜ ਆ।